ਇੱਥੇ ਬੈਠਿਆਂ ਨੂੰ ਕਿੰਨੇ ਦਿਨ ਹੋ ਗਏ, ਕਹਿੰਦੀ ਧੁੱਪ ਵਿੱਚ ਸਾਡੀਆਂ ਮਾਵਾਂ ਭੈਣਾਂ ਸਾਰੀਆਂ ਬੈਠੀਆਂ ਨੇ, ਇੱਥੇ ਸਾਡੀ ਕਿਸੇ ਨੇ ਸਾਰ ਨਹੀਂ ਦਈ, ਫਿਰ ਅਸੀਂ ਵੋਟਾਂ ਕਾਹਦੇ ਵਾਸਤੇ ਪਾਉਣੀਆਂ ਨੇ? ਵੋਟਾਂ ਪਾਉਂਦੇ ਆਪਾਂ ਵੀ ਆਪਣੀ ਕੋਈ ਗੱਲ ਸੁਣੇ, ਕੋਈ ਨੁਮਾਇੰਦਾ ਆਪਣਾ ਬਣੇ ਜਿੱਤੇ, ਜਦੋਂ ਸਾਡੀ ਕੋਈ ਸੁਣਦਾ ਨਹੀਂ, ਅਸੀਂ ਇਸ ਕਰਕੇ ਬਾਈਕਾਟ ਕਰਤਾ ਸੀਗਾ, ਅਸੀਂ ਕਿਹਨੂੰ ਵੋਟ ਪਾਉਣੀ ਹੁੰਦੀ? ਬਾਈਕਾਟ ਕਰਿਆ ਵੀ ਜਿਹੜਾ ਕੋਈ ਸਾਡਾ ਇਹ ਹੱਲ ਕਰੂਗਾ, ਫੈਕਟਰੀ ਬੰਦ ਕਰਵਾਊ, ਅਸੀਂ ਉਸੇ ਨੂੰ ਵੋਟ ਪਾਵਾਂਗੇ, ਨਹੀਂ ਤਾਂ ਫਿਰ ਸਾਡਾ ਬਾਈਕਾਟ। ਪਰ ਅਸੀਂ ਬਹੁਤ ਮਿਹਨਤਾਂ ਕਰ ਲਏ ਵੀ ਕਰ ਲਏ, ਪਰ ਇਹ ਜਿਹੜਾ ਮਾਲਕ ਆ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਲੋਕ ਸਭਾ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਨੇ, ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਜਾਰੀ ਹੈ। ਅੱਜ ਅਸੀਂ ਖੜੇ ਹਾਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਦੇ ਵਿੱਚ, ਜਿੱਥੇ ਪਿੰਡ ਦੇ ਵਿੱਚ ਇੱਕ ਬਾਇਓਗੈਸ ਫੈਕਟਰੀ ਲੱਗ ਰਹੀ ਹੈ, ਜਿਸਦਾ ਪਿੰਡ ਵਾਸੀਆਂ ਦੇ ਵੱਲੋਂ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਧਰਨੇ ਵੀ ਲਗਾਏ, ਰੋਡ ਤੱਕ ਵੀ ਜਾਮ ਕੀਤੇ, ਨੈਸ਼ਨਲ ਹਾਈਵੇ ਜਿਹੜਾ ਹੈ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਵੀ ਜਾਮ ਕੀਤਾ ਸੀ। ਉਸ ਤੋਂ ਬਾਅਦ ਅੱਜ ਪਿੰਡ ਵਾਸੀਆਂ ਨੇ ਪਿੰਡ ਦੇ ਵਿੱਚ ਇੱਕ ਬੈਨਰ ਪੋਸਟਰ ਲਗਾ ਦਿੱਤੇ ਨੇ, ਦੇਖ ਸਕਦੇ ਹੋ, ਜਿਸ ਦੇ ਉੱਤੇ ਲਿਖਿਆ ਹੋਇਆ ਹੈ ਵੋਟਾਂ ਦਾ ਜਿਹੜਾ ਬਾਈਕਾਟ ਹੈ, ਲੋਕ ਸਭਾ ਦੀਆਂ ਵੋਟਾਂ ਦਾ ਪੂਰਨ ਬਾਈਕਾਟ ਕੀਤਾ ਜਾਂਦਾ ਹੈ। ਪ੍ਰਦੂਸ਼ਣ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੰਡ ਮੁਸ਼ਕਾਬਾਦ ਦੇ ਸਾਰੇ ਨਗਰ ਦਾ ਸਾਂਝਾ ਫੈਸਲਾ। ਪਿੰਡ ਦੇ ਲੋਕਾਂ ਨੇ ਮੋੜ ਦੇ ਉੱਤੇ, ਪਿੰਡਾਂ ਦੇ ਵਿੱਚ ਜਾਂਦੇ ਹੋਏ ਮੋੜਾਂ ਦੇ ਉੱਤੇ, ਗੁਰੂ ਘਰਾਂ ਦੇ ਮੂਹਰੇ ਇਹ ਪੋਸਟਰ ਲਗਾ ਦਿੱਤੇ ਗਏ ਨੇ ਕਿ ਸਾਰੇ ਪਿੰਡ ਦੇ ਵੱਲੋਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਹੈ, ਗੈਸ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ, ਧਰਨਾ ਵੀ ਜਾਰੀ ਹੈ ਗੈਸ ਫੈਕਟਰੀ ਦੇ ਬਾਹਰ। ਪਿੰਡ ਵਾਸੀਆਂ ਦਾ ਇਹ ਕਹਿਣਾ ਕਿ ਜਿਹੜੀ ਫੈਕਟਰੀ ਹੈ ਉਹ ਸਾਡੇ ਪਿੰਡ ਦੇ ਵਿੱਚ ਨਹੀਂ ਲੱਗਣੀ ਚਾਹੀਦੀ, ਤਾਂ ਅਸੀਂ ਗੱਲਬਾਤ ਵੀ ਕਰ ਲੈਂਦੇ ਹਾਂ ਪਿੰਡ ਵਾਸੀਆਂ ਦੇ ਨਾਲ, ਉਹਨਾਂ ਦਾ ਕੀ ਕਹਿਣਾ ਉਸ ਧਰਨੇ ਦੇ ਉੱਤੇ ਜਾ ਕੇ ਗੱਲਬਾਤ ਕਰਦੇ ਹਾਂ, ਜਿੱਥੇ ਧਰਨਾ ਲੱਗਿਆ ਹੋਇਆ, ਪਿੰਡ ਵਾਸੀਆਂ ਨੇ ਧਰਨਾ ਲਗਾਇਆ ਹੋਇਆ ਗੈਸ ਫੈਕਟਰੀ ਨੂੰ ਲੈ ਕੇ। ਬਿਲਕੁਲ, ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਸਰਪੰਚ ਸਾਹਿਬ, ਕੀ ਕਾਰਨ ਬਣਿਆ ਕਿ ਤੁਸੀਂ ਪਿੰਡ ਦੇ ਵਿੱਚ ਇਹ ਪੋਸਟਰ ਵੀ ਲਗਾ ਦਿੱਤੇ ਕਿ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਜਾਂਦਾ ਸਾਡੇ ਪਿੰਡਾਂ ਵੱਲੋਂ? ਅਸੀਂ ਜੀ ਦੇਖੋ, ਆਪਾਂ ਕਹਿੰਦੇ ਹਾਂ ਸਾਰੇ ਵੀ ਸਾਡਾ ਦੇਸ਼ ਬਹੁਤ ਬੜਾ ਲੋਕਤੰਤਰ ਹੈ, ਜਾਂ ਲੋਕਤੰਤਰ ਵਿੱਚ ਸਾਨੂੰ ਇੱਥੇ ਬੈਠਿਆਂ ਨੂੰ ਕਿੰਨੇ ਦਿਨ ਹੋ ਗਏ, ਕਹਿੰਦੀ ਧੁੱਪ ਵਿੱਚ ਸਾਡੀਆਂ ਮਾਵਾਂ ਭੈਣਾਂ ਸਾਰੀਆਂ ਬੈਠੀਆਂ ਨੇ, ਇੱਥੇ ਸਾਡੀ ਕਿਸੇ ਨੇ ਸਾਰ ਨਹੀਂ ਦਈ, ਫਿਰ ਅਸੀਂ ਵੋਟਾਂ ਕਾਹਦੇ ਵਾਸਤੇ ਪਾਉਣੀਆਂ ਨੇ? ਵੋਟਾਂ ਪਾਉਂਦੇ ਆਪਾਂ ਵੀ ਆਪਣੀ ਕੋਈ ਗੱਲ ਸੁਣੇ, ਕੋਈ ਨੁਮਾਇੰਦਾ ਆਪਣਾ ਬਣੇ ਜਿੱਤੇ, ਜਦੋਂ ਸਾਡੀ ਕੋਈ ਸੁਣਦੇ ਨਹੀਂ, ਅਸੀਂ ਇਸ ਕਰਕੇ ਬਾਈਕਾਟ ਕਰਤਾ ਸੀਗਾ, ਅਸੀਂ ਕਿਹਨੂੰ ਵੋਟ ਪਾਉਣੀ ਹੋਣੀ? ਇੱਕ ਨਹੀਂ, ਇਹ ਤਾਂ ਹੋਰ ਵੀ 10-12 ਪਿੰਡਾਂ ਵਿੱਚ ਹੋਣਾ, ਇੱਕ ਦੋ ਵਿੱਚ 10-12 ਪਿੰਡ ਇਕੱਠੇ ਤੁਹਾਡੇ ਨਾਲ ਨੇ, ਬਾਕੀ ਦੇ ਸਾਰੇ ਸਹਿਮਤ ਨੇ? 15-20 ਪਿੰਡ ਸਾਡੇ ਨਾਲ ਨੇ, ਸਭ ਸਾਡੇ ਨਾਲ ਸਹਿਮਤ ਨੇ, ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ ਕਿੰਨੇ ਪਿੰਡਾਂ 'ਚ ਹੋਊਗਾ। ਤੇ ਪਿੰਡ ਦੇ ਵਿੱਚ ਜਿਵੇਂ ਕੋਈ ਜੇ ਨੁਮਾਇੰਦਾ ਕੋਈ ਚੋਣਾਂ ਦਾ ਉਮੀਦਵਾਰ ਕੋਈ ਆਉਂਦਾ ਕਿਸੇ ਪਾਰਟੀ ਦਾ, ਉਹਨਾਂ ਨੂੰ ਵੜਨ ਦਿੱਤਾ ਜਾਊਗਾ ਜਾਂ ਨਹੀਂ ਵੜਨ ਦਿੱਤਾ ਜਾਊਗਾ? ਦੇਖੋ, ਅਸੀਂ ਪਤਾ ਕੀ ਗੱਲ ਹੈ, ਅਸੀਂ ਕਿਸੇ ਦਾ ਉਸ ਤਰ੍ਹਾਂ ਕੋਈ ਵਿਰੋਧ ਵਾਲਾ ਕੰਮ ਨਹੀਂ ਕੀਤਾ, ਜਦੋਂ ਸਾਡੇ ਵੀ ਆਉਂਦੇ ਨਹੀਂ, ਅਸੀਂ ਕਹਿੰਦੇ ਆਵੇ, ਸਾਡੀ ਇਹ ਗੱਲ ਸੁਣਿਆਗੇ, ਕੋਈ ਆਉਣਾ ਚਾਹੁੰਦੇ ਨੀ। ਜਿਵੇਂ ਹੁਣ ਵੋਟਾਂ ਦੇ ਦਿਨ ਚੱਲ ਰਹੇ ਨੇ, ਉਮੀਦਵਾਰ ਵੀ ਐਲਾਨੇ ਹੋਏ ਨੇ ਆਲਮੋਸਟ ਹਰੇਕ ਪਾਰਟੀਆਂ ਨੇ ਆਪਣੇ ਲੋਕ ਸਭਾ ਹਲਕਾ ਫਤਿਹਗੜ੍ਹ ਦੀ ਗੱਲ ਕਰ ਲਈਏ, ਇੱਕ BJP ਨੇ ਇਕੱਲਾ ਉਮੀਦਵਾਰ ਨਹੀਂ ਹਜੇ ਐਲਾਨਿਆ, ਬਾਕੀ ਪਾਰਟੀਆਂ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਚੁੱਕੀਆਂ ਨੇ, ਕੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੋਈ ਉਮੀਦਵਾਰ ਕਿਸੇ ਵੀ ਪਾਰਟੀ ਦਾ ਤੁਹਾਡੀ ਸਾਰ ਲੈਣੇ ਸੀ ਧਰਨੇ ਦੇ ਉੱਤੇ ਜਾਂ ਤੁਹਾਡੇ ਨਾਲ ਪਿੰਡ ਦੇ ਵਿੱਚ ਕੋਈ ਗੱਲਬਾਤ ਕਰਨ ਦੇ ਲਈ ਇਸ ਫੈਕਟਰੀ ਨੂੰ ਲੈ ਕੇ ਪਹੁੰਚਿਆ ਜਾਂ ਨਹੀਂ? ਨਹੀਂ, ਸਾਡੇ ਨਾਲ ਕੋਈ ਨਹੀਂ ਪਹੁੰਚਿਆ, ਕੋਈ ਨਹੀਂ ਪਹੁੰਚਿਆ? ਨਹੀਂ ਜੀ। ਕਦੇ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਹਾਂ ਵੀ ਕਿਉਂ ਇੰਨਾ ਧਰਨਾ ਤੁਸੀਂ ਲਾਈ ਬੈਠੇ ਹੋ ਇੰਨੇ ਸਮੇਂ ਤੋਂ? ਪਹਿਲਾਂ ਨੈਸ਼ਨਲ ਹਾਈਵੇ ਤੇ ਵੀ ਲਾਈ ਰੱਖਿਆ ਧਰਨਾ, ਉਦੋਂ ਵੀ ਧਰਨਾ ਬੰਦ ਕਰਵਾ ਦਿੱਤਾ ਸੀ, ਆ ਕੇ ਪ੍ਰਸ਼ਾਸਨ ਨੇ ਕਿਸੇ ਨੇ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਕਿਸੇ ਨੇ ਕੋਈ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਦੇ ਨਾਲ ਦੇ ਧਰਨੇ ਜੀ ਲੁਧਿਆਣੇ ਜ਼ਿਲ੍ਹੇ ਵਿੱਚ 5 ਜਗ੍ਹਾ ਲੱਗ ਚੁੱਕੇ ਨੇ ਇਹੀ ਫੈਕਟਰੀਆਂ ਵਿਰੁੱਧ, ਜਿਨ੍ਹਾਂ ਫੈਕਟਰੀਆਂ ਨੂੰ ਘਗਰਾਲੀ ਰਾਜਪੂਤਾਂ, ਆਪਣੇ ਭੂੰਦੜੀ, ਇੱਕ ਅਖਾੜਾ ਪਿੰਡ ਆ ਉੱਥੇ, ਇੱਕ ਲਾਡੋਵਾਲ ਕੋਲ ਹੈ, 5 ਜਗ੍ਹਾ ਧਰਨੇ ਲੱਗ ਚੁੱਕੇ ਨੇ। ਇਹ ਆਉਣ ਵਾਲੇ ਦਿਨਾਂ 'ਚ ਸੰਘਰਸ਼ ਬਹੁਤ ਵੱਡਾ ਹੋਊਗਾ, ਬਹੁਤ ਜ਼ਿਆਦਾ ਵੱਡਾ ਜੀ।
ਕੋਈ ਗੱਲਬਾਤ ਹੋਈ ਤੁਹਾਡੀ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨਾਲ, SDM ਸਾਹਿਬ ਨਾਲ ਜਾਂ ਕਿਸੇ ਹੋਰ ਨਾਲ, ਜਾਂ MLA ਸਾਹਿਬ ਨਾਲ ਜਾਂ ਕਿਸੇ ਹੋਰ ਨੁਮਾਇੰਦੇ ਨਾਲ ਗੱਲਬਾਤ, ਜਦੋਂ ਧਰਨਾ ਚੱਕਿਆ ਸੀਗਾ ਨੈਸ਼ਨਲ ਹਾਈਵੇ ਵਾਲਾ, ਚੁਕਾਇਆ ਗਿਆ ਸੀ ਪ੍ਰਸ਼ਾਸਨ ਵੱਲੋਂ, ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੋ ਪਾਈ ਜਾਂ ਨਹੀਂ? ਨਹੀਂ, ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ, ਸਾਨੂੰ ਪੈਸੇ ਉਲਝਾਉਣ ਨੂੰ ਬਈ, ਆਹ ਤੁਹਾਡੀ ਜੀ ਕਮੇਟੀ ਬਣਾ ਦੀ, ਉੱਥੇ ਸਾਡੀ ਕੋਈ ਸੁਣਵਾਈ ਨਹੀਂ, ਅਸੀਂ ਅੱਗੇ ਅਖੀਰ ਨੂੰ ਜਦੋਂ ਕੋਈ ਨਹੀਂ ਸੁਣਵਾਈ ਹੋਈ ਤਾਂ ਹੁਣ ਪੱਕਾ ਧਰਨਾ ਫੈਕਟਰੀ ਦੇ ਅੱਗੇ ਲਾਤਾ, ਹੁਣ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਹੁਣ ਇਹ ਧਰਨੇ ਤੋਂ ਚੱਕ ਨਹੀਂ ਹੋਣਾ, ਇਹ ਇਸ ਤਰ੍ਹਾਂ ਹੀ ਜਾਰੀ ਰਹੂਗਾ? ਬਿਲਕੁਲ 24 ਘੰਟੇ ਜਾਰੀ ਹੈ ਜੀ, ਰਾਤ ਦਿਨ ਚੱਲਦਾ ਇਸ ਤਰ੍ਹਾਂ, ਬਹੁਤ ਪਹਿਲੇ ਦਿਨ ਤੋਂ ਅੱਜ ਇਕੱਠ ਵੀ 2 ਗੁਣਾ ਵੱਧ ਗਿਆ ਜੀ, ਅਰਦਲੇ ਦੂਰ ਦੂਰ ਤੋਂ ਪਿੰਡ ਲੋਕ ਆਉਣ ਲੱਗ ਗਏ ਆਪਣੇ, ਜਥੇਬੰਦੀਆਂ ਬਹੁਤ ਸਾਡੇ ਨਾਲ ਜੁੜ ਗਈਆਂ। ਤੇ ਜੇ ਗੱਲ ਕਰੀਏ ਫੈਕਟਰੀ ਦਾ ਕੰਮ ਹੈ ਜਿਹੜਾ, ਉਹ ਹੁਣ ਚੱਲ ਰਿਹਾ ਇਸ ਟਾਈਮ ਜਾਂ ਨਹੀਂ ਰੁਕਿਆ ਹੋਇਆ ਕੰਮ? ਬਿਲਕੁਲ ਚੱਲ ਰਿਹਾ ਜੀ, ਚੱਲ ਰਿਹਾ ਜੀ। ਤੇ ਉਹਨਾਂ ਨਾਲ ਤੁਹਾਡੀ ਕੋਈ ਜਿਹੜੇ ਫੈਕਟਰੀ ਦਾ ਮਾਲਕ ਹੈ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਣ ਦੀ ਕੋਸ਼ਿਸ਼ ਕੀਤੀ, ਕੋਈ ਉਹਨਾਂ ਨੇ ਦੁਬਾਰਾ ਤੁਹਾਡੇ ਨਾਲ ਜਾਂ ਕੋਈ ਸੰਪਰਕ ਕਰਨ ਦੀ? ਨਹੀਂ ਨਹੀਂ, ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਮੰਗ ਕਰਦੇ ਹੋ, ਕੀ ਲੱਗਦਾ ਤੁਹਾਨੂੰ ਕਿ ਕਿੰਨਾ ਕੁ ਨੁਕਸਾਨ ਹੈ ਇਸ ਫੈਕਟਰੀ ਦਾ ਪਿੰਡ ਵਾਸੀਆਂ? ਇਹਦਾ ਨੁਕਸਾਨ ਅਸੀਂ ਸਾਡੇ ਕਹਿਣ ਨਾਲ ਨਹੀਂ ਪਤਾ ਲੱਗਦਾ ਜੀ, ਜਿਹੜਾ ਇਹਦੇ ਨਾਲ ਦੀ ਫੈਕਟਰੀ ਘੰਗਰਾਲੀ ਰਾਜਪੂਤ ਚੱਲਦੀ ਹੈ, ਤੁਸੀਂ ਉੱਥੇ ਆਉਣ ਦਾ 15 ਪਿੰਡਾਂ 'ਚ ਜਾ ਕੇ ਦੇਖੋ ਵੀ ਕਿੰਨਾ ਕੁ ਨੁਕਸਾਨ ਹੈ, ਫਿਰ ਪਤਾ ਲੱਗੂਗਾ ਤੁਹਾਨੂੰ ਜੀ, ਸਾਨੂੰ ਤਾਂ ਪਤਾ ਵੀ ਇਹਦਾ ਨੁਕਸਾਨ ਕਿੰਨਾ ਹੋਣਾ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ, ਸਰਕਾਰ ਤੋਂ, ਕੀ ਉਮੀਦ ਹੈ ਤੁਹਾਨੂੰ, ਕੀ ਮੰਗ ਕਰਨਾ ਚਾਹੋਗੇ? ਅਸੀਂ ਮੰਗ ਕਰਦੇ ਜੀ ਬਸ ਫੈਕਟਰੀ ਬੰਦ ਕਰ ਦਿਓ, ਅਸੀਂ ਆਪਣੇ ਘਰ ਨੂੰ ਜਾਈਏ, ਅਸੀਂ ਜ਼ਰੂਰੀ 40 ਬੰਦਾਂ ਦੀ ਡਿਗਰੀ ਤੇ ਮਾਵਾਂ ਭੈਣਾਂ ਬਿਠਾਉਣੀਆਂ ਨੇ, ਅਸੀਂ ਕਹਿ ਜੀ ਗਰਮੀ ਵਿੱਚ ਬੈਠ ਕੇ 10 ਮਿੰਟ ਬੈਠ ਕੇ ਪ੍ਰਸ਼ਾਸਨ ਨੇ ਦਿਖਾ ਦਿਓ ਇੱਥੇ ਆ ਕੇ, ਅਸੀਂ ਫੇਰ ਬੈਠੇ ਹਾਂ ਜੀ। ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਧਰਨਾ ਹੈ ਇੱਥੇ ਲਗਾਇਆ ਹੋਇਆ, ਤੇ ਪਿੰਡ ਦੇ ਵਿੱਚ ਤੁਸੀਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦੇ ਪੋਸਟਰ ਤੱਕ ਲਗਾ ਦਿੱਤੇ ਗਏ ਨੇ? ਹਾਂਜੀ, ਸਾਡੇ ਪਿੰਡ ਦੇ ਹੀ ਨੇ ਜੀ ਪਰਮਿੰਦਰ ਸਿੰਘ, ਉਹ ਇੱਥੇ ਬਾਇਓਗੈਸ ਫੈਕਟਰੀ ਲਗਾ ਰਹੇ ਨੇ, ਜਿਸ ਨੂੰ ਕਿ ਜ਼ਹਿਰੀਲੀ ਗੈਸ ਫੈਕਟਰੀ ਦਾ ਨਾਮ ਦਿੱਤਾ ਗਿਆ, ਤੇ ਇਸ ਕਰਕੇ ਅਸੀਂ ਇੱਥੇ ਉਹ ਬੰਦ ਕਰਵਾਉਣ ਵਾਸਤੇ ਧਰਨਾ ਲਗਾਇਆ ਹੋਇਆ ਅਣਮਿੱਥੇ ਸਮੇਂ ਲਈ। ਤੇ ਜਿਹੜਾ ਬਾਈਕਾਟ ਕੀਤਾ ਜੀ ਲੋਕ ਸਭਾ ਦੀਆਂ ਵੋਟਾਂ ਦਾ, ਉਹ ਅਸੀਂ ਤਾਂ ਬਾਈਕਾਟ ਕੀਤਾ ਕਿਉਂਕਿ ਪ੍ਰਸ਼ਾਸਨ ਸਾਡੀ ਕੁਝ ਨਹੀਂ ਸੁਣ ਰਿਹਾ, ਤੇ ਨਾ ਹੀ ਆਪਣੇ MLA ਸਾਹਿਬ ਸਾਡੇ ਕੋਲ ਹਜੇ ਤੱਕ ਪਹੁੰਚੇ ਨੇ। 2 ਮਹੀਨੇ ਹੋ ਗਏ ਸਾਨੂੰ ਹੁਣ ਲਗਾਤਾਰ ਧਰਨੇ ਵਗੈਰਾ ਕਰਦਿਆਂ ਨੂੰ, ਤੇ ਨਾ ਕੋਈ ਹੋਰ ਪਹੁੰਚਿਆ ਸਾਡੇ ਕੋਲ। ਇਸ ਕਰਕੇ ਅਸੀਂ ਚੋਣਾਂ ਵੋਟਾਂ ਦਾ ਬਾਈਕਾਟ ਕਰਿਆ ਵੀ ਜਿਹੜਾ ਕੋਈ ਸਾਡਾ ਇਹ ਹੱਲ ਕਰੂਗਾ, ਫੈਕਟਰੀ ਬੰਦ ਕਰਵਾਊ, ਅਸੀਂ ਉਸੇ ਨੂੰ ਵੋਟ ਪਾਵਾਂਗੇ, ਨਹੀਂ ਤਾਂ ਫਿਰ ਸਾਡਾ ਬਾਈਕਾਟ ਹੈ। ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਤੁਹਾਡੇ ਕੋਲ ਹਜੇ ਤੱਕ ਪਹੁੰਚਿਆ? ਜਿਵੇਂ ਲੋਕ ਸਭਾ ਚੋਣਾਂ ਦਾ ਚੋਣ ਪ੍ਰਚਾਰ ਵੀ ਸ਼ੁਰੂ ਹੋ ਚੁੱਕਿਆ ਹੈ, ਆਪਣੇ ਹਲਕੇ ਦੇ ਵਿੱਚ ਉਮੀਦਵਾਰ ਵੀ ਚੋਣ ਮੈਦਾਨ 'ਚ ਉਤਰੇ ਹੋਏ ਨੇ, ਸਾਰੀਆਂ ਪਾਰਟੀਆਂ ਨੇ ਉਮੀਦਵਾਰ ਵੀ ਉਤਾਰ ਦਿੱਤੇ ਨੇ, ਕੋਈ ਵੀ ਨਹੀਂ ਸਾਰ ਲੈਣ? ਨਾ ਜੀ, ਸਾਡੇ ਪਿੰਡ ਵਿੱਚ ਕੋਈ ਨਹੀਂ ਆਇਆ ਜੀ, ਅਜੇ ਵੋਟ ਤਾਂ ਅਸੀਂ ਇਕੱਲੇ ਰਾਹ ਤੇ ਲਗਾਇਆ, ਉਸ ਤੋਂ ਪਹਿਲਾਂ ਵੀ ਸਾਡੇ ਪਿੰਡ ਵਿੱਚ ਕੋਈ ਨਹੀਂ ਆਇਆ। ਹਾਂ, ਉਹ ਆਏ ਸੀ ਆਪਣੇ ਜਗਤਾਰ ਸਿੰਘ ਜੀ ਦਿਆਲਪੁਰੀਆਂ, ਉਹ ਵੱਡੀ ਹਰਿਓ ਕਲਾਂ ਤੋਂ ਹੋ ਕੇ, ਉਹਨਾਂ ਨੂੰ ਪਤਾ ਸੀ ਬਾਲਿਓ ਤੇ ਗੜੀ ਦੇ ਲੋਕ ਵੀ ਸਾਡੇ ਨਾਲ ਨੇ, ਇਹ ਪਿੰਡ ਛੱਡ ਕੇ ਤੱਖਰਾਂ ਪੁੰਨੀਆਂ ਜਾ ਕੇ ਉਹਨਾਂ ਨੇ ਫਿਰ ਪ੍ਰਚਾਰ ਕਰਿਆ। ਫਿਰ ਇਸ ਤੋਂ ਹੁਣ ਕੀ ਅਸੀਂ ਅੰਦਾਜ਼ਾ ਲਾਈਏ ਕਿ ਵੀ ਉਹ ਸਾਡੇ ਨਾਲ ਨੇ, ਸਾਨੂੰ ਆਉਂਦੇ ਪੁੱਛਦੇ, ਸਾਡੀ ਦੁੱਖ ਤਕਲੀਫ ਪੁੱਛਦੇ, ਅਸੀਂ ਕਿਹੜਾ ਉਹਨਾਂ ਦੇ ਕੋਈ ਡਾਂਗ ਮਾਰਨ ਲੱਗੇ ਸੀ ਜੀ, ਜਿੱਦਾਂ ਦੇ ਉਹ ਸਵਾਲ ਸਾਨੂੰ ਕਰਦੇ ਅਸੀਂ ਜਵਾਬ ਦਿੰਦੇ, ਤੇ ਉਹ ਸਾਨੂੰ ਕਰਦੇ ਅਸੀਂ ਜਵਾਬ ਦਿੰਦੇ, ਪਰ ਉਹਨਾਂ ਨੇ ਇਹ ਕੋਈ ਜ਼ਰੂਰੀ ਨਹੀਂ ਸਮਝਿਆ। ਪਰ ਪਹਿਲਾਂ ਜਦੋਂ ਉੱਥੇ ਤੁਸੀਂ ਰੋਡ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਧਰਨਾ ਲਗਾਇਆ ਸੀ, ਉਸ ਦੇ ਉੱਤੇ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਸਰਕਾਰ ਦੇ, ਪੰਜਾਬ ਸਰਕਾਰ ਦੇ, ਚਾਹੇ ਉਹ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੀ ਗੱਲ ਕਰੀਏ, ਤਾਂ ਉੱਥੇ ਆ ਕੇ ਜ਼ਰੂਰ ਉਹਨਾਂ ਨੇ ਸਾਰ ਲਿੱਤੀ ਸੀ, ਉਹਨਾਂ ਨੇ ਵੀ ਇਹ ਵੀ ਕਿਹਾ ਸੀ ਕਿ ਅਸੀਂ ਪਿੰਡ ਵਾਸੀਆਂ ਦੇ ਨਾਲ ਹਾਂ। ਹਾਂਜੀ, ਇੱਕ ਵਾਰ ਆਏ ਸੀਗੇ, ਪਰ ਉਸ ਤੋਂ ਬਾਅਦ ਦਿਆਲਪੁਰੀ ਸਾਹਿਬ ਆਪ ਨਹੀਂ ਆਏ ਜੀ। ਹਾਂ, ਆਏ ਸੀ ਇੱਕ ਦਿਨ, ਕਹਿੰਦੇ 4-5 ਤਰੀਕ ਨੂੰ, ਉਹ ਸੁਬਹਾ ਸੈਰ ਕਰਦੇ ਕਰਦੇ ਆ ਕੇ ਬਸ 10 ਮਿੰਟ ਬੈਠ ਕੇ ਉੱਥੇ ਚਲੇ ਗਏ, ਪਰ ਉਹਨਾਂ ਨੇ ਸਾਨੂੰ ਏਦਾਂ ਕੋਈ ਆਸ਼ਵਾਸਨ ਨਹੀਂ ਦਵਾਇਆ ਵੀ ਮੈਂ ਤੁਹਾਡੇ ਨਾਲ ਹਾਂ। ਕੀ ਲੱਗਦਾ ਕਿੰਨਾ ਕੁ ਨੁਕਸਾਨ ਹੈ ਇਸ ਫੈਕਟਰੀ ਦਾ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਲੱਗਣ ਜਾ ਰਹੀ? ਇਹਦਾ ਦੇਖੋ ਜੀ, ਬਹੁਤ ਨੁਕਸਾਨ ਹੈ, ਹੁਣ ਘੰਗਰਾਈ ਸਿੱਖਾਂ ਨੇ ਲਗਾਇਆ ਵੀ ਧਰਨਾ ਲਗਾਇਆ ਹੋਇਆ, ਉੱਥੇ ਜਾ ਕੇ ਵੀ ਤੁਸੀਂ ਚਾਹੇ ਪਤਾ ਕਰ ਲਓ ਜੀ, ਇਹਦਾ ਨੁਕਸਾਨ ਹੀ ਨੁਕਸਾਨ ਆ ਜੀ। ਇਹਦੇ ਵਿੱਚੋਂ ਜ਼ਹਿਰੀਲੀ ਗੈਸ ਨਿਕਲਣੀ ਆ, ਜਿਹੜੀ ਉਹ ਗੈਸ ਆ ਉਹ ਤਾਂ ਇਹਨਾਂ ਨੇ
ਕੰਟੇਨਰਾਂ ਦੇ ਵਿੱਚ ਪਾ ਕੇ ਆਪਣੇ ਪੈਟਰੋਲ ਪੰਪਾਂ ਤੇ ਭੇਜਦੇ ਨੇ। ਜਿਹੜਾ ਵੇਸਟ ਮਟੀਰੀਅਲ ਹੁੰਦਾ ਉਹ ਸਾਰਾ ਇਹਨਾਂ ਨੇ ਇੱਥੇ ਆਲੇ ਦੁਆਲੇ ਖੇਤਾਂ 'ਚ, ਤੇ ਜਿਹੜਾ ਪਾਣੀ ਆ ਉਹ ਵੇਸਟ ਪਾਣੀ ਉਹ ਧਰਤੀ ਦੇ ਵਿੱਚ ਜਾਣਾ ਜੀ। ਸਾਡਾ ਤਾਂ ਇੱਥੇ ਪਾਣੀ ਤੁਹਾਨੂੰ ਪਤਾ ਵੀ ਗ੍ਰੀਨ ਏਰੀਆ, ਇੱਥੇ ਫਸਲਾਂ ਬਹੁਤ ਵਧੀਆ, ਸਬਜ਼ੀਆਂ ਹੁੰਦੀਆਂ ਨੇ। ਤਾਜ ਵਰਗਾ ਜਿੱਦਾਂ ਵੱਡਾ ਹੋਟਲ ਆ ਉੱਥੇ ਸਾਡੇ ਪਿੰਡੋਂ ਸਬਜ਼ੀਆਂ ਜਾਂਦੀਆਂ। ਹਾਂਜੀ, ਇੱਥੇ ਆਰਗੈਨਿਕ ਖੇਤੀ ਕਰਦੇ ਸਾਡੇ ਇੱਧਰ, ਤੇ ਤਾਂ ਵੀ ਇਹਨੂੰ ਪਰ ਅਸੀਂ ਬਹੁਤ ਮਿਹਨਤਾਂ ਤਾਂ ਅਲੇ ਵੀ ਕਰ ਲਏ, ਪਰ ਇਹ ਜਿਹੜਾ ਮਾਲਕ ਆ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਹਾਂਜੀ, ਕਿੰਨਾ ਕੁ ਸਮਾਂ ਇਹ ਤੁਹਾਡਾ ਧਰਨਾ ਜਿਹੜਾ ਇਸ ਤਰ੍ਹਾਂ ਹੀ ਜਾਰੀ ਰਹੂਗਾ, ਜਿਹੜਾ ਧਰਨਾ ਹੁਣ ਗੈਸ ਫੈਕਟਰੀ ਦੇ ਬਾਹਰ ਤੁਸੀਂ ਲਗਾਇਆ ਹੁਣ? ਇਹ ਧਰਨਾ ਜੀ ਅਣਮਿੱਥੇ ਸਮੇਂ ਲਈ, ਜਦੋਂ ਮਰਜ਼ੀ, ਚਾਹੇ 5 ਮਹੀਨੇ 6 ਮਹੀਨੇ ਜਿੰਨਾ ਚਿਰ ਮਰਜ਼ੀ ਹੋਵੇ ਜੀ, ਅਸੀਂ ਇੱਥੇ ਡਟ ਕੇ ਰਹਾਂਗੇ ਜੀ। ਹਾਂਜੀ, ਅਸੀਂ ਸ਼ਾਂਤੀਪੂਰਵਕ ਢੰਗ ਨਾਲ ਬੈਠੇ ਹਾਂ, ਜਿਵੇਂ ਜਿਵੇਂ ਸਾਨੂੰ ਜਥੇਬੰਦੀਆਂ ਗਾਹਾਂ ਗਾਹਾਂ ਦੱਸਣਗੀਆਂ ਉਦੋਂ ਉਦਾਂ ਹੀ ਅਸੀਂ ਆਪਣਾ ਜਿਹੜਾ ਮੋਰਚਾ ਵਾ ਹੋਰ ਤੇਜ਼ ਕਰਾਂਗੇ ਜੀ। ਬਿਲਕੁਲ ਜੀ, ਅਸੀਂ ਗੱਲਬਾਤ ਕੀਤੀ ਹੈ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਦੇ ਨਾਲ, ਤੇ ਉਸ ਧਰਨੇ ਦੇ ਉੱਤੇ ਅਸੀਂ ਮੌਜੂਦ ਸੀਗੇ ਜਿੱਥੇ ਪਿੰਡ ਵਾਸੀਆਂ ਨੇ ਬਾਇਓਗੈਸ ਫੈਕਟਰੀ ਨੂੰ ਲੈ ਕੇ ਧਰਨਾ ਲਗਾਇਆ ਹੋਇਆ। ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਸਾਡੀ ਕੋਈ ਵੀ ਪਾਰਟੀ ਦਾ ਉਮੀਦਵਾਰ ਸਾਡੀ ਸਾਰ ਤੱਕ ਲੈਣ ਨਹੀਂ ਆਇਆ, ਨਾ ਹੀ ਸਾਡੇ ਇਸ ਧਰਨੇ ਨੂੰ ਇਹ ਕਹਿਣ ਆਇਆ ਧਰਨੇ ਦੇ ਵਿੱਚ ਕਿ ਅਸੀਂ ਤੁਹਾਡੀ ਬਾਇਓਗੈਸ ਫੈਕਟਰੀ ਜਿਹੜੀ ਲੱਗ ਰਹੀ ਹੈ ਪਿੰਡ ਦੇ ਵਿੱਚ ਉਸ ਦਾ ਕੋਈ ਹੱਲ ਕਰਵਾਉਂਦੇ ਹਾਂ, ਜਿਸ ਕਰਕੇ ਸਾਨੂੰ ਅੱਜ ਅੱਕ ਕੇ ਪਿੰਡ ਦੇ ਵਿੱਚ ਪੋਸਟਰ ਨੇ ਜਿਹੜੇ ਬੈਨਰ ਨੇ ਲੋਕ ਸਭਾ ਚੋਣਾਂ ਦੇ ਬਾਈਕਾਟ ਦੇ ਲਗਾਉਣੇ ਪੈ ਗਏ। ਉਹਨਾਂ ਦਾ ਇਹ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 10 ਤੋਂ 15 ਪਿੰਡਾਂ ਦੇ ਵਿੱਚ ਇਹ ਪੋਸਟਰ ਨੇ ਜਿਹੜੇ ਹੋਰ ਲਗਾ ਦਿੱਤੇ ਜਾਣਗੇ। ਸਾਡੇ ਵੱਲੋਂ ਬਾਈਕਾਟ ਹੈ ਜਿਹੜਾ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਜਾਂਦਾ ਹੈ, ਅਸੀਂ ਆਪਣੇ ਪਿੰਡ ਦੇ ਕਿਸੇ ਵੀ ਉਮੀਦਵਾਰ ਨੂੰ ਕਿਸੇ ਵੀ ਏਰੀਏ ਦੇ ਵਿੱਚ ਜਿਹੜੀ ਵੋਟ ਹੈ ਉਮੀਦਵਾਰ ਨੂੰ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਨਹੀਂ ਪਾਵਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਧਰਨਾ ਕਦੋਂ ਤੱਕ ਫੈਕਟਰੀ ਨੂੰ ਲੈ ਕੇ ਇਸ ਤਰ੍ਹਾਂ ਹੀ ਪਿੰਡ ਦੇ ਵਿੱਚ ਜਾਰੀ ਰਹਿੰਦਾ ਹੈ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਝੋਬ ਮਾਰੀ, ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ, ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਈਏ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।